ਕੱਲ ਹਾਈ ਕੋਰਟ ਨੇ ਸਕੂਲਾਂ ਨੂੰ ਇਜਾਜ਼ਤ ਦਿੱਤੀ ਆ ਕਿ ਤੁਸੀਂ ਆਪਣੀ ਐਡਮਿਸ਼ਨ ਫੀਸ ਜਾਂ ਸਾਰੀ ਜਿਹੜੀ ਫੀਸ ਆ ਆਪਣੀ ਸਕੂਲ ਦੇ ਅ ਅਨੁਕੂਲ ਤੁਸੀਂ ਚਾਰਜ ਕਰ ਸਕਦੇ ਹੋ ਇਹ ਬਹੁਤ ਵੱਡੀ ਸੈਟਬੈਕ ਸਗੀ ਅ ਵਿਦਿਆਰਥੀਆਂ ਲਈ ਤੇ ਉਹਨਾਂ ਦੇ ਪੇਰੈਂਟਸ ਵਾਸਤੇ ਸਰਕਾਰ ਸਪੈਸ਼ਲ ਗਈ ਹਾਈ ਕੋਰਟ ਆਪ ਐਡਵੋਕੇਟ ਜਨਰਲ ਸਾਹਿਬ ਆਪ ਪੇਸ਼ ਹੋਏ ਕਿ ਸਾਡਾ ਡੀਜੀਪੀ ਜਿਹੜਾ ਇਹ ਬਚਣਾ ਚਾਹੀਦਾ ਵਾ ਇਹਦੀ ਇਹਦੀ ਅਪੁਆਇੰਟਮੈਂਟ ਰੱਦ ਨਹੀਂ ਕਰਨੀ ਚਾਹੀਦੀ ਜਾਂ ਸਟੇ ਨਹੀਂ ਹੋਣਾ ਚਾਹੀਦਾ ਨਿਰਕਰ ਗੁਪਤੇ ਦਾ ਕੇਸ ਇਸੋਕੇ ਤੋਂ ਹਾਈ ਕੋਰਟ ਵਿੱਚ ਚੱਲ ਰਿਹਾ ਵਾ ਔਰ ਉਸ ਨੂੰ ਡਿਫੈਂਡ ਕਰਨ ਲਈ 100 ਜਿਹੜੀ ਫੌਜ ਰੱਖੀ ਆ ਵਕੀਲਾਂ ਦੀ ਉਸ ਤੋਂ ਪਰੇ ਹਟ ਕੇ ਪੰਜਾਬ ਸਰਕਾਰ ਦਿੱਲੀੋਂ ਵਕੀਲ ਲੈ ਕੇ ਆਉਂਦੀ ਆ ਵਿੱਚ ਦਾਮਰਮ ਵਰਗੇ ਲਾਇਰਸ ਦੇ ਮੁਕਲ ਰੋਤਗੀ ਰਾਜੀਵ ਧਵਨ ਪੀਚ ਦਾਮਰਮ ਜਾਂ ਜਿਹੜੇ ਆਪਣੇ ਸਿਗੇ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਆ ਹੁਣ ਜਿਠ ਮਲਾਨੀ ਸਾਹਿਬ ਇਹ ਸਾਰੇ ਤਕਰੀਬਨ ਤਕਰੀਬਨ 10 ਤੋਂ ਲੈ ਕੇ 20 ਲੱਖ ਰੁਪਏ ਇੱਕ ਪੇਸ਼ੀ ਦਾ ਲੈਂਦੇ ਆ ਪੀਛੇ ਤਾਮਰੋਂ ਨੂੰ ਕੈਪਟਨ ਸਾਹਿਬ ਦੀ ਸਰਕਾਰ ਦਿੱਲੀੋਂ ਸਪੈਸ਼ਲ ਜਹਾਜ਼ ਭੇਜਦੀ ਪਹਿਲਾਂ ਆਪਣਾ ਉਹ ਫਿਰ ਉੱਡ ਕੇ ਇੱਥੇ ਆਉਂਦੇ ਨੇ ਨਾਲੇ ਸਰਕਾਰ ਕੋ 10 15 20 ਲੱਖ ਰੁਪਏ ਫੀਸ ਲੈਂਦੇ ਨੇ ਇੱਕ ਦਿਨ ਦੀ ਤੇ ਸਰਕਾਰ ਦਾ ਕੇਸ ਲੜਦੇ ਨੇ ਇੱਕ ਦਿਨਕਰ ਗੁਪਤਾ ਸਾਹਿਬ ਨੂੰ ਬਚਾਉਣ ਵਾਸਤੇ ਇੰਦਰ ਲੱਖਾਂ ਬੱਚੇ ਜਿਹੜੇ ਨੇ ਜਿਹੜੇ ਐਕਸਪਲੋਇਟ ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਐ ਐਕਸਪਲੋਇਟੇਸ਼ਨ ਹੋ ਰਹੀ ਹੈ ਜਿਨ੍ਹਾਂ ਦੇ ਘਰਾਂ 'ਚ ਪੈਸੇ ਨਹੀਂਗੇ ਜਿਨ੍ਹਾਂ ਦੇ ਕੋਲ ਸਾਧਨ ਨਹੀਂਗੇ ਜਿਹੜੇ ਆਪਣੇ ਬੱਚਿਆਂ ਦੀ ਫੀਸਾਂ ਨਹੀਂ ਭਰ ਸਕਦੇ ਧਰਨੇ ਮੁਜਾਰੇ ਲਾ ਰਹੇ ਸੀਗੇ ਉਨਾ ਵਾਸਤੇ ਸਰਕਾਰ ਕੋਈ ਵਕੀਲ ਦਾ ਪ੍ਰਬੰਧ ਨਹੀਂ ਕੀਤਾ ਗਿਆ ਇੱਥੇ ਤੱਕ ਮੈਂ ਅਗਰ ਗਲਤ ਨਾ ਹੋਵਾਂ ਐਡਵੋਕੇਟ ਜਨਰਲ ਸਾਹਿਬ ਆਪ ਵੀ ਇਸ ਕੇਸ ਵਿੱਚ ਪੇਸ਼ ਨਹੀਂ ਹੋਏ ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਨਾ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੱਲ ਆਪਣਾ ਫੈਸਲਾ ਸੁਣਾਇਆ ਸਕੂਲ ਫੀਸਾਂ ਨੂੰ ਲੈ ਕੇ ਜਿਹੜੇ ਪ੍ਰਾਈਵੇਟ ਸਕੂਲ ਦੇ ਕਾਫੀ ਅਰਸੇ ਤੋਂ ਫੀਸਾਂ ਦਾ ਕਾਫੀ ਹਹਾਕਾਰ ਮਚੀ ਸਾਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਰਫਿਊ ਦੇ ਦਿਨਾਂ 'ਚ ਲਾਕਡਾਊਨ ਦੇ ਦਿਨਾਂ 'ਚ ਜਦੋਂ ਬਹੁਤ ਸਾਰੇ ਪ੍ਰਾਈਵੇਟ ਸਕੂਲਸ ਨੇ ਪ੍ਰੋਪਰ ਪੜ੍ਹਾਈ ਨਹੀਂ ਕਰਾਈ ਯਾਨੀ ਕਿ ਸਕੂਲ ਬੰਦ ਸਿਗੇ ਵਿੱਚੋਂ ਕੁਝ ਕੁ ਸਕੂਲ ਜਿਹੜੇ ਸਿਗੇ ਆਨਲਾਈਨ ਕਲਾਸੇਜ਼ ਲੈ ਰਹੇ ਸਿਗੇ ਔਰ ਆਪਾਂ ਸਭ ਨੂੰ ਪਤਾ ਵਾ ਕਿ ਪ੍ਰੋਫੈਸ਼ਨਲ ਆਨਲਾਈਨ ਕਲਾਸੇਜ਼ ਸਾਰੇ ਸਕੂਲਾਂ ਵਿੱਚ ਪੰਜਾਬ ਦੇ ਵਿੱਚ ਇੰਡੀ ਅਵੇਲੇਬਿਲਿਟੀ ਨਹੀਂ ਸਿਗੀ ਔਰ ਫਿਰ ਇਹ ਜਿਹੜੀ ਫੀਸ ਸਿਗੀ ਚੁੱਭਦੀ ਸੀ ਬੱਚਿਆਂ ਦੇ ਪੇਰੈਂਟਸ ਨੂੰ ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਦੀ ਕੋਈ ਰੈਗੂਲੇਸ਼ਨ ਕੰਟਰੋਲ ਤਾਂ ਹੈ ਹੀ ਨਹੀਂਗਾ ਜੇ ਸਕੂਲ ਦਾ ਜਿੰਨਾ ਦਿਲ ਕਰ ਰਿਹਾ ਤਕਰੀਬਨ ਤਕਰੀਬਨ ਕਿਸੇ ਨਾ ਕਿਸੇ ਢੰਗ ਦੇ ਨਾਲ ਜਾਇ ਹੋ ਜਿਹੜੀਆਂ ਕੀ ਕਹਿੰਦੇ ਹੁੰਦੇ ਆ ਕਿ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਪਾ ਕੇ ਕਿਸੇ ਨੇ ਟਰਾਂਸਪੋਰਟੇਸ਼ਨ ਦੇ ਚਾਰਜ ਪਾ ਦਿੱਤੇ ਕਿਸੇ ਨੇ ਕੰਪਿਊਟਰ ਲੈਬ ਦੇ ਕਿਸੇ ਨੇ ਪੇਰੈਂਟ ਟੀਚਰ ਫੰਡ ਦਾ ਵਗੈਰਾ ਵਗੈਰਾ ਪਾ ਕੇ ਕਾਫੀ ਬਲੋਟਡ ਬਿਲਸ ਪੇਰੈਂਟਸ ਨੂੰ ਜਿਹੜੇ ਬੱਚੇ ਪੜ੍ਹਦੇ ਸੀ ਸਕੂਲਾਂ ਦੇ ਵਿੱਚ ਉਹਨਾਂ ਨੂੰ ਘਰਾਂ ਵਿੱਚ ਜਾ ਰਹੇ ਸੀਗੇ ਤੇ ਬਹੁਤ ਸਾਰੇ ਜਿਹੜੀ ਮਿਡਲ ਕਲਾਸ ਜਾਂ ਜਿਹੜੇ ਹੋਰ ਲੋਅਰ ਮਿਡਲ ਕਲਾਸ ਸੀਗੀ ਉਹਨਾਂ ਦੇ ਤਾਂ ਆਪਣੀ ਰੋਟੀ ਦੇ ਲਾਲੇ ਪਏ ਹੋਏ ਸੀਗੇ ਕਿਉਂਕਿ ਉਹਨਾਂ ਦੇ ਕੰਮਕਾਰ ਸਾਰੇ ਬੰਦ ਹੋ ਗਏ ਬਲਕਿ ਹੁਣ ਤੱਕ ਵੀ ਬੰਦ ਹੀ ਚੱਲ ਰਹੇ ਨੇ ਉਹਨਾਂ ਦੀ ਆਮਦਨ ਸਾਰੀ ਬੰਦ ਹੋ ਗਈ ਸੀ ਲੇਕਿਨ ਸਕੂਲ ਜਿਹੜੇ ਸੀਗੇ ਉਹ ਲਗਾਤਾਰ ਫੀਸ ਦਾ ਪ੍ਰੈਸ਼ਰ ਪਾ ਰਹੇ ਸੀਗੇ ਤੇ ਅਲਟੀਮੇਟਲੀ ਇਹ ਸਾਰਾ ਵਿਵਾਦ ਜਿਹੜਾ ਹਾਈ ਕੋਰਟ ਵਿੱਚ ਚਲੇ ਗਿਆ ਅਨਫੋਰਚਨਟਲੀ ਕੱਲ ਹਾਈ ਕੋਰਟ ਨੇ ਸਕੂਲਾਂ ਨੂੰ ਇਜਾਜ਼ਤ ਦਿੱਤੀ ਹੈ ਕਿ ਤੁਸੀਂ ਆਪਣੀ ਐਡਮਿਸ਼ਨ ਫੀਸ ਜਾਂ ਸਾਰੀ ਜਿਹੜੀ ਫੀਸ ਆ ਆਪਣੀ ਸਕੂਲ ਦੇ ਅਨਕੂਲ ਤੁਸੀਂ ਚਾਰਜ ਕਰ ਸਕਦੇ ਹੋ ਇਹ ਬਹੁਤ ਵੱਡੀ ਸੈਟਬੈਕ ਸੀਗੀ ਵਿਦਿਆਰਥੀਆਂ ਲਈ ਤੇ ਉਹਨਾਂ ਦੇ ਪੇਰੈਂਟਸ ਵਾਸਤੇ ਮੈਂ ਉਹਨ ਹਾਈ ਕੋਰਟ ਦੇ ਜੱਜਮੈਂਟ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਆਪਾਂ ਸਾਰੇ ਜਾਣਦੇ ਆ ਕਿ ਆਲਟੀਮੇਟਲੀ ਕੀ ਕਹਿੰਦੇ ਹੁੰਦੇ ਕਿ ਉਹ ਕੰਟੈਂਪਟ ਆਫ ਕੋਰਟ ਵਗੈਰਾ ਬਣ ਜਾਂਦੀ ਹਾਲਾਂਕਿ ਇਹ ਕੋਈ ਬਹੁਤ ਪਪੂਲਰ ਜੱਜਮੈਂਟ ਨਹੀਂ ਗਈ ਪਰ ਮੈਂ ਪੰਜਾਬ ਸਰਕਾਰ ਦੀ ਨਿਲੇਖੀ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਦੇਖੋ ਪੰਜਾਬ ਸਰਕਾਰ ਦਾ ਜਿਹੜਾ ਐਡਵੋਕੇਟ ਜਨਰਲ ਆਫਿਸ ਹੈ ਨਾ ਜਿਹੜਾ ਸਰਕਾਰੀ ਵਕੀਲਾਂ ਦਾ ਦਫਤਰ ਹੈ ਉੱਥੇ 100 ਤੋਂ ਜ਼ਿਆਦਾ ਐਡਵੋਕੇਟ ਭਰਤੀ ਕੀਤੇ ਹੋਏ ਪੰਜਾਬ ਸਰਕਾਰ ਨੇ ਸਭ ਤੋਂ ਵੱਡਾ ਆਫਸਰ ਐਡਵੋਕੇਟ ਜਨਰਲ ਹੈ ਔਰ ਉਸ ਤੋਂ ਬਾਅਦ ਈ ਐਡੀਸ਼ਨਲ ਐਡਵੋਕੇਟ ਜਨਰल्स ਨੇ ਔਰ ਉਸ ਤੋਂ ਬਾਅਦ ਕਈ ਡਿਪਟੀ ਐਡਵੋਕੇਟ ਜਨਰल्स ਨੇ ਉਸ ਤੋਂ ਬਾਅਦ ਥੱਲੇ ਕਈ ਅਸਿਸਟੈਂਟ ਐਡਵੋਕੇਟ ਜਨਰल्स ਨੇ ਸੌ ਤੋਂ ਉੱਤੇ ਫੌਜ ਹੈ ਔਰ ਜਦੋਂ ਲੋੜ ਪੈਂਦੀ ਆ ਕੋਈ ਲੋਕਾਂ ਦੇ ਹਕੂਕ ਨੂੰ ਡਿਫੈਂਡ ਕਰਨ ਵਾਸਤੇ ਇਹ ਸਾਰੇ ਜਿਹੜੇ ਸੀਗੇ ਇਹ ਗੈਰਹਾਜ਼ਰ ਹੋ ਜਾਂਦੇ ਨੇ ਲੱਭਦੇ ਹੀ ਨਹੀਂਗੇ ਜਾਂ ਆਪਣੀ ਪੂਰੀ ਤਿਆਰੀ ਕਰਕੇ ਨਹੀਂ ਆਉਂਦੇ ਨਤੀਜੇ ਵਜੋਂ ਕੱਲ ਪ੍ਰਾਈਵੇਟ ਸਕੂਲ ਪ੍ਰਣਾਲੀ ਦੀ ਹਾਈ ਕੋਰਟ ਵਿੱਚ ਜਿੱਤ ਹੋਈ ਆ ਔਰ ਉਹਦਾ ਖਮਿਆਜ਼ਾ ਜਿਹੜਾ ਹੈ ਉਹ ਆਮ ਵਿਦਿਆਰਥੀਆਂ ਨੂੰ ਗਰੀਬ ਪੇਰੈਂਟਸ ਨੂੰ ਮਿਡਲ ਕਲਾਸ ਪੇਰੈਂਟਸ ਦੇ ਉੱਤੇ ਇਹ ਪੈ ਰਿਆ ਵਾ ਇੱਕ ਰਾਤ ਆ ਹੁਣ ਉਹਨਾਂ ਦੇ ਕੋਲ ਹੈਗਾ ਕਿ ਉਹ ਇਸ ਫੈਸਲੇ ਦੀ ਨੂੰ ਚੁਣੌਤੀ ਸੁਪਰੀਮ ਕੋਰਟ ਦੇ ਸਕਦੇ ਨੇ ਪਰ ਸੁਪਰੀਮ ਕੋਰਟ ਦਾ ਜਿਹੜਾ ਰੇਟ ਆਫ ਨੋਟਿਸ ਹੈਗਾ ਜਿਹੜੇ ਮਤਲਬ ਕੇਸ ਐਂਟਰਟੇਨ ਕਰਦੇ ਨੇ ਉਹ ਸਿਰਫ ਮਹਿਜ਼ 2% ਆ ਅਗਰ 100 ਕੇਸ ਜਾਂਦਾ ਦਿੱਲੀ ਸੁਪਰੀਮ ਕੋਰਟ ਚ 98 ਜਿਹੜੇ ਨੇ ਉਹ ਸਮਝ ਲਓ ਕਿਸੇ ਨਾ ਕਿਸੇ ਆਧਾਰ ਦੇ ਉੱਤੇ ਡਿਸਮਿਸ ਕੀਤੇ ਜਾਂਦੇ ਨੇ ਬਹੁਤ ਥੋੜੀ ਰਿਲੀਫ ਮਿਲਣ ਦੇ ਚਾਂਸ ਆ ਪਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਲਾਅ ਆਫਿਸ ਆ ਇਹ ਮੈਂ ਇਹ ਪੁੱਛਣਾ ਚਾਹੁੰਨਾ ਵਾਂ ਕਿ ਇਹ ਐਡਾ ਵੱਡਾ ਪਬਲਿਕ ਇਸ਼ੂ ਸਿਗਾ ਇੱਕ ਉਹਦੇ ਨਾਲ ਲੱਖਾਂ ਘਰ ਅਫੈਕਟਿਡ ਸਿਗੇ ਕਿ ਤੁਹਾਡਾ ਐਡਵੋਕੇਟ ਜਨਰਲ ਨੂੰ ਆਪ ਨਹੀਂ ਸੀ ਪੇਸ਼ ਹੋਣਾ ਚਾਹੀਦਾ ਤੁਸੀਂ ਜਦੋਂ ਕੋਈ ਆਪਣੇ ਇੰਟਰਸਟ ਵਾਲੇ ਕੇਸ ਨੇ ਜਿੱਦਾਂ ਦਿਨਕਰ ਗੁਪਤਾ ਦੀ ਅਪਾਇੰਟਮੈਂਟ ਡਿਫੈਂਡ ਕਰ ਰਹੀ ਪੰਜਾਬ ਸਰਕਾਰ ਤੁਹਾਨੂੰ ਸਭ ਨੂੰ ਪਤਾ ਕਿ ਜਦੋਂ ਉਹਨਾਂ ਨੂੰ ਡੀਜੀਪੀ ਲਾਇਆ ਸੀਗਾ ਪੰਜ ਆਈਪੀਐਸ ਅਫਸਰਾਂ ਨੂੰ ਸੁਪਰਸੀਡ ਕੀਤਾ ਗਿਆ ਉਹਨਾਂ ਚੋਂ ਦੋ ਆਫੀਸਰ ਸਿਗੇ ਉਹਨਾਂ ਨੇ ਇਸ ਚੁਣੌਤ ਇਸ ਇਰੋਨੀਅਸ ਅਪੁਆਇੰਟਮੈਂਟ ਨੂੰ ਉਹਨਾਂ ਨੇ ਚੈਲੰਜ ਕੀਤਾ ਪਹਿਲਾਂ ਕੀਤਾ ਉਹਨਾਂ ਨੇ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਜਿਸ ਨੂੰ ਆਪਾਂ ਕੈਟ ਕਹਿ ਦਿੰਨੇ ਆ ਕੈਟ ਨੇ ਸਟੇ ਕਰਤੀ ਡੀਜੀਪੀ ਦੀ ਅਪੁਆਇੰਟਮੈਂਟ ਸਰਕਾਰ ਸਪੈਸ਼ਲ ਗਈ ਹਾਈ ਕੋਰਟ ਆਪ ਐਡਵੋਕੇਟ ਜਨਰਲ ਸਾਹਿਬ ਆਪ ਪੇਸ਼ ਹੋਏ ਕਿ ਸਾਡਾ ਡੀਜੀਪੀ ਜਿਹੜਾ ਇਹ ਬਚਣਾ ਚਾਹੀਦਾ ਵਾ ਇਹਦੀ ਇਹਦੀ ਅਪੁਆਇੰਟਮੈਂਟ ਰੱਦ ਨਹੀਂ ਕਰਨੀ ਚਾਹੀਦੀ ਜਾਂ ਸਟੇ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਹਾਾਈ ਕੋਰਟ ਨੇ ਉਹਨਾਂ ਨੂੰ ਜਿਹੜਾ ਸੀ ਐਂਟਰਟੇਨ ਕਰ ਲਿਆ ਕੈਟ ਦਾ ਸਟੇ ਵਿਕੇਟ ਕਰਤਾ ਤੇ ਕੇਸ ਚੱਲਣ ਲੱਗ ਗਿਆ ਬਿੰਕਰ ਗੁਪਤੇ ਦਾ ਕੇਸ ਇਸੋਕਤ ਹਾਈ ਕੋਰਟ ਵਿੱਚ ਚੱਲ ਰਿਹਾ ਵਾ ਔਰ ਉਸ ਨੂੰ ਡਿਫੈਂਡ ਕਰਨ ਲਈ 100 ਜਿਹੜੀ ਫੌਜ ਰੱਖੀ ਆ ਵਕੀਲਾਂ ਦੀ ਉਸ ਤੋਂ ਪਰੇ हट ਕੇ ਪੰਜਾਬ ਸਰਕਾਰ ਦਿੱਲੀੋਂ ਵਕੀਲ ਲੈ ਕੇ ਆਉਂਦੀ ਆ ਮੇਰੇ ਖਿਆਲ ਸਿਹਤ ਮੈਂ ਗਲਤ ਨਾ ਹੋਵਾਂ ਤਾਂ ਪੀਛੇ ਦਾਂਬਰਮ ਜਿਹੜੇ ਕਿ ਫਾਈਨੈਂਸ ਮਿਨਿਸਟਰ ਨੇ ਬੜੇ ਕੰਪੀਟੈਂਟ ਲਾਇਰ ਆ ਪਰ ਉਹਨਾਂ ਦਾ ਜਿਹੜਾ ਪੇ ਸਕੇਲ ਹੈ ਨਾ ਜਿਹੜਾ ਇੱਕ ਦਿਨ ਦਾ ਚਾਰजेस ਹੈਗੇ ਨੇ ਪੀਚਦੰਬਰਮ ਵਰਗੇ ਲਾਇਰਸ ਦੇ ਮੁਕਲ ਰੋਤਗੀ ਰਾਜੀਵ धवन ਪੀਚਦੰਬਰਮ ਜਾਂ ਜਿਹੜੇ ਆਪਣੇ ਸਿਗੇ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਆ ਹੁਣ ਜਿਠ ਮਲਾਨੀ ਸਾਹਿਬ ਇਹ ਸਾਰੇ ਤਕਰੀਬਨ ਤਕਰੀਬਨ 10 ਤੋਂ ਲੈ ਕੇ 20 ਲੱਖ ਰੁਪਏ ਇੱਕ ਪੇਸ਼ੀ ਦਾ ਲੈਂਦੇ ਆ 10 ਤੋਂ ਲੈ ਕੇ 20 ਲੱਖ ਰੁਪਏ ਇੱਕ ਪੇਸ਼ੀ ਦਾ ਮਤ ਸਮਝਣਾ ਕੇਸ ਦਾ ਪੀਚਦੰਬਰਮ ਨੂੰ ਕੈਪਟਨ ਸਾਹਿਬ ਦੀ ਸਰਕਾਰ ਦਿੱਲੀੋਂ ਸਪੈਸ਼ਲ ਜਹਾਜ਼ ਭੇਜਦੀ ਪਹਿਲਾਂ ਆਪਣਾ ਉਹ ਫਿਰ ਉੱਡ ਕੇ ਇੱਥੇ ਆਉਂਦੇ ਨੇ ਨਾਲੇ ਸਰਕਾਰ ਕੋ 10-15-20 ਲੱਖ ਰੁਪਏ ਫੀਸ ਲੈਂਦੇ ਨੇ ਇੱਕ ਦਿਨ ਦੀ ਤੇ ਸਰਕਾਰ ਦਾ ਕੇਸ ਲੜਦੇ ਨੇ ਦਿਨਕਰ ਗੁਪਤਾ ਸਾਹਿਬ ਨੂੰ ਬਚਾਉਣ ਵਾਸਤੇ ਮਤਲਬ ਅਮਰਿੰਦਰ ਸਿੰਘ ਵਾਸਤੇ ਦਿਨਕਰ ਗੁਪਤਾ ਬਹੁਤ ਇੰਪੋਰਟੈਂਟ ਹੈ ਇੱਧਰ ਲੱਖਾਂ ਬੱਚੇ ਜਿਹੜੇ ਨੇ ਜਿਹੜੇ ਐਕਸਪਲੋਇਡ ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਐ ਐਕਸਪਲੋਇਟੇਸ਼ਨ ਹੋ ਰਹੀ ਹੈ ਜਿਨ੍ਹਾਂ ਦੇ ਘਰਾਂ 'ਚ ਪੈਸੇ ਨਹੀਂਗੇ ਜਿਨ੍ਹਾਂ ਦੇ ਕੋਲ ਸਾਧਨ ਨਹੀਂਗੇ ਜਿਹੜੇ ਆਪਣੇ ਬੱਚਿਆਂ ਦੀ ਫੀਸਾਂ ਨਹੀਂ ਭਰ ਸਕਦੇ ਧਰਨੇ ਮੁਜਾਰੇ ਲਾ ਰਹੇ ਸੀਗੇ ਉਨਾ ਵਾਸਤੇ ਸਰਕਾਰ ਕੋਈ ਵਕੀਲ ਦਾ ਪ੍ਰਬੰਧ ਨਹੀਂ ਕੀਤਾ ਗਿਆ ਇੱਥੋਂ ਤੱਕ ਮੈਂ ਅਗਰ ਗਲਤ ਨਾ ਹੋਵਾਂ ਐਡਵੋਕੇਟ ਜਨਰਲ ਸਾਹਿਬ ਆਪ ਵੀ ਇਸ ਕੇਸ ਵਿੱਚ ਪੇਸ਼ ਨਹੀਂ ਹੋਣ ਰੂਟੀਨ ਵਿੱਚ ਲੈ ਲਿਆ ਕਿਸੇ ਇੱਕ ਜੂਨੀਅਰ ਐਡਵੋਕੇਟ ਜਨਰਲ ਦੇ ਦਫ਼ਤਰ ਚੋਂ ਕਿਸੇ ਸਰਕਾਰੀ ਵਕੀਲ ਨੂੰ ਭੇਜਤਾ ਤੇ ਨਤੀਜਾ ਇਹ ਹੋਇਆ ਕਿ ਕੱਲ ਉਹ ਫੈਸਲਾ ਉਲਟਾ ਆ ਔਰ ਹੁਣ ਸਕੂਲਾਂ ਦਾ ਪ੍ਰਾਈਵੇਟ ਸਕੂਲਾਂ ਦੇ ਉੱਤੇ ਨਿਰਭਰ ਆ ਕਿ ਉਹ ਆਪਣੇ ਆਪਣੇ ਸਕੂਲ ਵਿੱਚ ਕਿੰਨੀ ਫੀਸ ਉਹਨਾਂ ਨੂੰ ਅਧਿਕਾਰ ਦਿੱਤੇ ਤੱਕ ਇਹਨਾਂ ਮਾਫ ਕਰਨਾ ਉਹਨਾਂ ਨੂੰ ਅ ਐਕਸਪਲੋਇਟੇਸ਼ਨ ਦੇ ਤੇ ਸ਼ੋਸ਼ਣ ਦਾ লাইসেন্স ਮਿਲ ਗਿਆ ਹੁਣ ਆਪਣੀ ਚਾਰਜ ਫੀਸ ਕਰ ਸਕਦੇ ਨੇ ਇਸੇ ਤਰ੍ਹਾਂ ਹੀ ਮੇਰੇ ਵੀਰੋ ਤੇ ਭੈਣੋ ਆ ਇੱਕ ਪੰਜਾਬ ਦੇ ਵਿੱਚ ਮੁੱਦਾ ਉੱਠਿਆ ਹੈਲਥ케ਅਰ ਦਾ ਦੋ ਵੱਡੇ ਜਿਹੜੇ ਇੰਪੋਰਟੈਂਟ ਇਸ਼ੂਜ਼ এডੂਕੇਸ਼ਨ ਤੇ ਹੈਲਥ케ਅਰ ਲਗਭਗ ਹਰ ਇੱਕ ਨਾਲ ਤੋਂ ਲਗ ਰੱਖਦੇ ਨੇ ਤੇਰਾ ਦੂਸਰਾ ਇਸ਼ੂ ਉੱਠਿਆ ਹੋਇਆ ਹੈ ਜਿਹੜਾ ਮੋਦੀ ਖਾਨਾ ਚ ਚਲਾ ਕੇ ਦਿਖਾਤਾ ਇੱਕ ਸ਼ਾਇਦ ਬਲਵਿੰਦਰ ਸਿੰਘ ਜਿੰਦੂ ਨੇ ਗੁਰੂ ਨਾਨਕ ਸਾਹਿਬ ਦਾ ਮੋਦੀ ਖਾਨਾ ਉਨੇ ਨਾਮ ਵੀ ਬੜਾ ਅੱਛਾ ਚੁਣਿਆ ਉਹਨੇ ਕਿਹਾ ਕਿ ਆ ਸਾਰੀਆਂ ਦਵਾਈਆਂ ਮੈਂ ਲੈ ਕੇ ਆ ਰਿਹਾ ਵਾਂ ਔਰ ਇਹ ਦਵਾਈਆਂ ਸਾਰੀਆਂ ਮੈਂ ਤੁਹਾਨੂੰ ਜੋ ਮੈਨੂੰ ਐਮ ਆਰ ਪੀ ਜਾਂ ਜੋ ਜਿਸ ਭਾਅ ਦੇ ਉੱਤੇ ਦਵਾਈਆਂ ਮਿਲ ਰਹੀਆਂ ਨੇ ਚਾਹੇ ਉਹ ਜਨਰਿਕ ਮੈਡੀਸਿਨਸ ਨੇ ਤੇ ਚਾਹੇ ਉਹ ਦੂਸਰੀਆਂ ਮੈਡੀਸਿਨਸ ਆ ਉਹਨਾਂ ਕਹਿੰਦੇ ਜਿਹੜੇ ਭਾਅ ਤੇ ਮੈਨੂੰ ਮਿਲਣ ਗਿਆ ਮੈਂ ਨੋ ਪ੍ਰੋਫਿਟ ਨੋ ਲਾਸ ਤੇ ਤੁਹਾਨੂੰ ਅੱਗੇ ਪਾਸ ਆਨ ਕਰ ਦਊਗਾ ਬਹੁਤ ਵਿਵਾਦ ਉੱਠਿਆ ਉਹਨਾਂ ਦੀ ਗੱਲ ਬਹੁਤ ਦੁਨੀਆ ਭਰ ਵਿੱਚ ਵਾਇਰਲ ਹੋਈ ਔਰ ਉਹਨਾਂ ਨੇ ਬੇਸਿਕਲੀ ਹੈਲਥ케ਅਰ ਦੀ ਜਿਹੜੀ ਐਕਸਪਲੋਇਟੇਸ਼ਨ ਹੋ ਰਹੀ ਸੀਗੀ ਆਮ ਜਨਤਾ ਦੀ ਕਿਉਂਕਿ ਉਹਨਾਂ ਨੇ ਜਿੱਦਾਂ ਪੱਤਾ ਦਿਖਾਇਆ ਕਿ ਪੱਤੇ ਦੇ ਉੱਤੇ ਪ੍ਰਿੰਟ ਰੇਟ ਹੈਗਾ ਵਾ ਸ਼ਾਇਦ 110 ਰੁਪਿਆ ਤੇ ਅਸਲ ਵਿੱਚ ਉਹ ਪੱਤੇ ਦੀ ਕੀਮਤ ਸਾਰੀ 8 ਕੇ 9 ਰੁਪਏ ਆ ਮਤਲਬ 10 ਗੁਣਾ ਰੇਟ ਜਿਹੜੇ ਨੇ ਉਹ ਪ੍ਰਾਈਵੇਟ ਜਿਹੜਾ ਸਾਰੀ ਪ੍ਰਣਾਲੀ ਚੱਲ ਰਹੀ ਹੈਲਥ케ਅਰ ਦੀ ਇਹਦੇ ਵਿੱਚ ਚਾਰਜ ਜ਼ਿਆਦਾ ਕੀਤਾ ਜਾ ਰਿਹਾ ਆਪਾਂ ਸਭ ਨੂੰ ਪਤਾ ਤਕਰੀਬਨ ਆਪਾਂ ਹਰ ਘਰ ਵਿੱਚ ਕੋਈ ਨਾ ਕੋਈ ਭੈਣ ਭਰਾ ਜਾਂ ਮਾਪੇ ਜਾਂ ਕੋਈ ਰਿਸ਼ਤੇਦਾਰ ਇਸ ਬਿਮਾਰੀ ਵਿੱਚੋਂ ਗੁਜ਼ਰ ਚੁੱਕਾ ਵਾ ਪ੍ਰਾਈਵੇਟ ਹਸਪੀਟਲ ਦੇ ਪੇ ਤਹਾਸ਼ਾ ਮੈਂ ਕਿਸੇ ਦੇ ਖਿਲਾਫ ਨਹੀਂਗਾ ਪਰ ਕੋਈ ਰੈਗੂਲੇਸ਼ਨ ਕੋ ਕੰਟਰੋਲ ਹੀ ਨਹੀਂਗਾ ਗਵਰਨਮੈਂਟ ਨੂੰ ਪਤਾ ਹੀ ਨਹੀਂਗਾ ਕਿ ਇਹ ਕਿੰਨਾ ਕਿੰਨਾ ਚਾਰਜ ਕਰ ਰਹੇ ਨੇ ਜਿੰਨਾ ਜਿਸ ਦਾ دل ਕਰਦਾ ਪ੍ਰਾਈਵੇਟ ਹਸਪੀਟਲਸ ਵਿੱਚ ਉਹਦੇ ਚਾਰਜ ਹੁੰਦੇ ਨੇ ਬਹੁਤ ਸਾਰ ਗਰੀਬ ਤਬਕਾ ਮੇਰੇ ਕੋ ਆਏ ਨੇ ਵਿਚਾਰੇ ਪਿੰਡਾਂ ਦੇ ਲੋਕ ਜਿਹੜੇ ਉਹ ਕਹਿੰਦੇ ਜੀ ਸਾਡੇ ਸਾਡੇ ਮਰੀਜ਼ ਨੂੰ 4 ਦਿਨ ਵੈਂਟੀਲੇਟਰ ਤੇ ਉਦਾਂ ਹੀ ਰੱਖ ਛੱਡਿਆ ਸਾਨੂੰ ਦਿਖਾਉਣ ਵਾਸਤੇ ਕਿ ਉਹਦੇ ਸਾਹ ਚੱਲਦੇ ਨੇ ਅਸਲ ਵਿੱਚ ਉਹਦੀ ਮੌਤ ਹੋਈ ਹੋਈ ਸੀ ਜਾਂ ਕਈ ਵਾਰ ਬੈਲੋੜੀ ਸਰਜਰੀਜ਼ ਕਈ ਵਾਰ ਨਹੀਂ ਲੋੜ ਪੈਂਦੀ ਬਾਈਪਾਸ ਸਰਜਰੀ ਕਰ ਦਿੰਦੇ ਨੇ ਦਿਲ ਦੀ ਕਈ ਵਾਰ ਦਵਾਈ ਨਾਲ ਕੰਮ ਚੱਲ ਸਕਦਾ ਤੇ ਉਹਦੇ ਸਟੈਂਟ ਪਾ ਦਿੰਦੇ ਨੇ ਯਾਨੀ ਕਿ ਕਹਿਣ ਤੋਂ ਭਾਵ ਕਿ 1 ਕਰੋੜ ਰੁਪਏ ਦਾ ਵਪਾਰ ਹੈਗਾ ਔਰ ਇੱਥੇ ਬਾਤ ਨਹੀਂ ਜਿਹੜੇ ਜਿੰਨੇ ਵੀ ਤੁਸੀਂ ਸਕੈਨਸ ਕਰਾਉਨੇ ਆ ਮੋٹے ਤੌਰ ਤੇ ਜਿੰਨੇ ਵੀ ਤੁਹਾਡੇ ਜਿਹੜੇ ਸਕੈਨਿੰਗ ਦੇ ਟੈਸਟ ਹੁੰਦੇ ਨੇ ਇਹਨਾਂ ਸਾਰਿਆਂ ਵਿੱਚ ਬੈਕਐਂਡ ਦੇ ਉੱਤੇ ਜਿਹੜਾ ਹਸਪੀਟਲ ਜਾਂ ਜਿਹੜਾ ਡਾਕਟਰ ਰੈਫਰ ਕਰਦਾ ਉਹ ਉਹਦੇ ਘਰ ਸ਼ਾਮ ਨੂੰ ਉਹਨੇ ਲਫਾਫਾ ਕਮਿਸ਼ਨ ਵਾਲਾ ਲਫਾਫਾ ਪਹੁੰਚ ਜਾਂਦਾ ਚਾਹੇ 20% ਚਾਹੇ 25% ਔਰ ਤੁਸੀਂ ਦੇਖੋਗੇ ਕਿ ਆਮ ਵੀ ਡਾਕਟਰ ਸਾਹਿਬ ਡਾਕਟਰਸ ਜਾਂਦਿਆਂ ਨੂੰ ਪਹਿਲਾਂ ਇੱਕ ਲੰਬੀ ਲਿਸਟ ਦਿੰਦੇ ਨੇ ਆ ਵੀ ਟੈਸਟ ਕਰਾ ਲਓ ਆ ਵੀ ਟੈਸਟ ਕਰਾ ਲਓ ਆ ਵੀ ਟੈਸਟ ਕਰਾ ਲਓ ਠੀਕ ਆ ਮੈਂ ਸਭ ਦੇ ਖਿਲਾਫ ਜਾਂ ਉਹਨਾਂ ਨੂੰ ਕੋਈ ਉਹਨਾਂ ਦੇ ਕਾਬਲੀਅਤ ਤੇ ਟਿੱਪਣੀ ਨਹੀਂ ਕਰ ਰਿਹਾ ਪਰ ਇੱਕ ਜਨਰਲ ਪਰਸਪੈਕਸ਼ਨ ਬਣ ਗਈ ਪੰਜਾਬ ਦੇ ਵਿੱਚ ਕਿ ਜਿਹੜੀ ਮੈਡੀਕਲ ਹੈਲਥ케ਅਰ ਹੈਗੀ ਇਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਗਰੀਬਾਂ ਦਾ ਆਮ ਜਨਤਾ ਦਾ ਸ਼ੋਸ਼ਣ ਹੈ ਔਰ ਲੱਖਾਂ ਰੁਪਏ ਦਾ ਇਲਾਜ ਹੈ ਮਤਲਬ ਬਿਕੋਜ਼ ਗਵਰਨਮੈਂਟ ਹੈਲਥ케ਅਰ ਕੋਲੈਪਸ ਹੋ ਚੁੱਕੀ ਹੈ ਅੱਜ ਤੋਂ 25 30 ਸਾਲ 35 ਸਾਲ ਪਹਿਲਾਂ ਮੈਂ ਆਪਣੇ ਪਹਿਲਾਂ ਵੀ ਕਹਿ ਚੁੱਕਾ ਮੇਰੇ ਆਪਣੇ ਪੇਰੈਂਟਸ ਨੂੰ ਦੇਖਦਾ ਸੀਗਾ ਉਹ ਸਿਵਲ ਹਸਪੀਟਲ ਜਲੰਧਰ ਜਾਂ ਸਿਵਲ ਹਸਪੀਟਲ ਕਪੂਰਥਲਾ ਜਾ ਕੇ ਇਲਾਜ ਕਰਾਉਂਦੇ ਸੀ ਸਾਡੇ ਸਿਵਲ ਹਸਪੀਟਲ ਜਲੰਧਰ ਡਾਕਟਰ ਸ਼ੰਗਾਰਾ ਸਿੰਘ ਸਰਜਨ ਸੀ ਬੜੇ ਅੱਛੇ ਉਹਨਾਂ ਤੋਂ ਇਲਾਜ ਕਰਾਉਂਦੇ ਸੀ ਜਿਹੜੀ ਵੀ ਕੋਈ ਲੋੜ ਪੈਣੀ ਉਹਨਾਂ ਨੇ ਬਾਅਦ ਵਿੱਚ ਚਲੋ ਆਪਣਾ ਹਸਪੀਟਲ ਚਲਾਇਆ ਉਹਨਾਂ ਨੇ ਜਲੰਧਰ ਨਰਸਿੰਗ ਹੋਮ ਪਰ ਜਦੋਂ ਸਰਕਾਰ ਦੀ ਪ੍ਰਣਾਲੀ ਬਹਿ ਗਈ ਔਰ ਉਹ ਕੰਪੀਟੈਂਟ ਇਨਾਫ ਨਹੀਂ ਸੀ ਕਿ ਲੋਕਾਂ ਪ੍ਰਾਈਵੇਟ ਜਿਹੜੀ ਹੈਲਥ케ਅਰ ਸੀ ਉਹਦਾ ਐਕਸਪਲੋਇਟੇਸ਼ਨ ਸ਼ੁਰੂ ਹੋਈ ਅੱਜ ਮਾਫ ਕਰਨਾ ਇਹ ਸਭ ਸ਼ਾਪਸ ਨੇ ਦੁਕਾਨਾਂ ਨੇ ਕਮਰਸ਼ੀਅਲ ਦੁਕਾਨਾਂ ਨੇ ਮਤਲਬ ਦਵਾਈਆਂ ਦੀਆਂ ਦੁਕਾਨਾਂ ਤੋਂ ਲੈ ਕੇ ਵੱਡੇ ਹਸਪਤਾਲ ਜਿਹੜੇ ਨੇ ਉਹ ਵਪਾਰ ਕਰ ਰਹੇ ਨੇ ਇਲਾਜ ਦੇ ਨਾਮ ਦੇ ਉੱਤੇ ਔਰ ਸੈਂਕੜੇ ਸੈਂਕੜੇ ਹਸਪਤਾਲ ਮੈਂ ਜਲੰਧਰ ਦੀ ਤੁਹਾਨੂੰ ਦੱਸ ਦੇਣਾ ਕਿਉਂਕਿ ਸਾਡੇ ਮੇਰੇ ਕੰਸਟੈਂਸੀ ਦੇ ਨਾਲ ਲੱਗਦਾ ਹੈ ਕੇਂਦਰ ਪ੍ਰਾਈਵੇਟ ਹਸਪਤਾਲਸ ਆ ਯਕੀਨ ਰੱਖਣਾ ਹਰ 3 4 6 ਮਹੀਨੇ ਬਾਅਦ ਇੱਕ ਨਵਾਂ 5 ਸਟਾਰ ਹੋਟਲ ਵਰਗਾ ਹਸਪਤਾਲ ਤੁਹਾਨੂੰ ਨਜ਼ਰ ਆਉਂਦਾ ਕੋਈ ਪਠਾਨਕੋਟ ਰੋਡ ਤੇ ਮੇਨੂੰ ਲੱਗਦਾ 5-6 ਹਸਪਤਾਲ ਨਵੇਂ ਵੱਡੇ ਵਾਲੇ ਇਹ ਨਹੀਂ ਕੋਈ ਛੋਟੇ ਮੋਟੇ ਜਿਹੜੇ ਮੇਰੇ ਖਿਆਲ 10-10 15-15 ਏਕੜ ਜ਼ਮੀਨ ਦੇ ਵਿੱਚ ਬਣੇ ਹੋਏ ਨੇ ਔਰ ਇਸ ਤੋਂ ਇਲਾਵਾ ਸਾਰੇ ਸ਼ਹਿਰ ਵਿੱਚ ਮੇਰਾ ਖਿਆਲ ਹੈ ਕਿ ਸੈਂਕੜੇ ਹਸਪਤਾਲ ਨੇ ਔਰ ਬਹੁਤ ਵੱਡੇ ਪੱਧਰ ਤੇ ਐਕਸਪਲੋਇਟੇਸ਼ਨ ਔਰ ਇੱਕ ਹੈਰਾਨਜਨਕ ਗੱਲ ਇਹ ਵੀ ਸੀ ਕਿ ਜਦੋਂ ਲਾਕਡਾਊਨ ਹੋਇਆ ਜਦੋਂ ਸਾਰਾ ਕਰਫਿਊ ਲੱਗਿਆ ਸਾਰੇ ਹਸਪਤਾਲ ਕੋਈ ਪ੍ਰਾਈਵੇਟ ਹਸਪਤਾਲ ਜਿਹੜੇ ਸੀਗੇ ਉਹ ਇੰਨੇ ਡਰ ਗਏ ਡਾਕਟਰਸ ਕਿ ਉਹਨਾਂ ਨੇ ਕੋਈ ਵੀ ओपीडी ਚ ਲਾਉਣ ਤੋਂ ਵੀ ਮਨਾ ਕਰਤਾ ਕਿ ਅਸੀਂ ਆਊਟ ਪੇਸ਼ੀਐਂਟ ਨੂੰ ਵੀ ਨਹੀਂ ਦੇਖਾਂਗੇ ਸਾਰੇ ਹਸਪਤਾਲ ਖਾਲੀ ਸੀਗੇ ਯਕੀਨ ਰੱਖਣਾ ਪਿੰਡਾਂ ਦੇ ਵਿੱਚ ਬਿਮਾਰੀ ਵੀ ਕੋਈ ਨਹੀਂ ਸੀ ਕੋਈ ਇਹ ਨਹੀਂ ਸੀਗਾ ਕਿ ਬਹੁਤ ਵੱਡੇ ਪੱਧਰ ਤੇ ਮੌਤਾਂ ਹੋ ਗਈਆਂ ਆਫਟਰ ਆਲ ਮੈਂ 150 ਪਿੰਡਾਂ ਦੇ ਮੇਰੀ ਕੰਸਟਿਟੂਐਂਸੀ ਚ ਮੈਨੂੰ ਲਗਭਗ ਪਤਾ ਲੱਗਦਾ ਰਹਿੰਦਾ ਕਿ ਕਿੱਥੇ ਕਿੱਥੇ ਕਿਹੜੇ ਕਿਹੜੇ ਪਿੰਡ ਵਿੱਚ ਅਨਫੋਰਚੂਨੇਟਲੀ ਡੈਥਸ ਹੋਈਆਂ ਨੇ ਉਸ 60 ਦਿਨ ਵਿੱਚ ਕੋਈ ਮੌਤ ਵੀ ਨਹੀਂ ਹੋਈ ਇਸ ਪੈਮਾਨੇ ਤੇ ਕਿ ਇਲਾਜ ਨਹੀਂ ਹੋ ਰਿਹਾ ਦਵਾਈਆਂ ਨਹੀਂ ਮਿਲ ਰਹੀਆਂ ਤੇ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਪਿੰਡਾਂ ਦੇ ਵਿੱਚ ਨਹੀਂ ਇਹਦਾ ਮਤਲਬ ਇਹ ਆ ਕਿ ਜਦੋਂ ਉਦੋਂ ਠੀਕ ਸੀਗੇ ਸਾਰੇ ਤਾਂ ਉਹ ਬਾਅਦ ਵਿੱਚ ਵੀ ਠੀਕ ਹੁਣ ਦੁਬਾਰਾ ਲਾਕਡਾਊਨ ਖੋਲ ਗਿਆ ਹੁਣ ਹਸਪਤਲ ਉਸੇ ਤਰ੍ਹਾਂ ਹੀ ਫਿਰ ਦੁਬਾਰਾ ਮੋੜ ਭਰਨੇ ਸ਼ੁਰੂ ਹੋ ਗਏ ਨੇ ਤੇ ਕਿਤੇ ਨਾ ਕਿਤੇ ਜਿਹੜਾ ਐਜੂਕੇਸ਼ਨ ਤੇ ਹੈਲਥ케ਅਰ ਇਹਦੇ ਪੰਜਾਬ ਸਰਕਾਰ ਆਪਣੇ ਹੱਥ ਖੜੇ ਕਰ ਗਈ ਹੈ ਔਰ ਜਿਸ ਢੰਗ ਦੇ ਨਾਲ ਕੇਸ ਲੜਿਆ ਕੈਪਟਨ ਸਾਹਿਬ ਦੀ ਐਡਵੋਕੇਟ ਜਨਰਲ ਆਫਿਸ ਨੇ that is absolutely shoddy absolutely uh, what should I say shameful on their part ਕਿ ਉਹ ਪੰਜਾਬ ਦੇ ਆਮ ਜਨਤਾ ਦੇ ਹਕੂਕ ਨੂੰ ਡਿਫੈਂਡ ਹੀ ਨਹੀਂ ਕਰ ਸਕੇ ਪਹਿਲੀ ਗੱਲ ਤਾਂ ਹਾਈ ਕੋਰਟ ਵਿੱਚ ਨੌਬਤ ਹੀ ਨਹੀਂ ਜਾਣੀ ਚਾਹੀਦੀ ਸੀਗੀ ਪੰਜਾਬ ਸਰਕਾਰ ਕੰਪੀਟੈਂਟ ਅਫੇਅਰ ਕੇ ਨੋਟੀਫਾਈ ਕਰਕੇ ਔਰ ਇੱਕ ਬਕਾਇਦਾ ਤੌਰ ਤੇ ਕਹਿ ਸਕਦੀ ਸੀ ਕਿ ਇਸ ਤੋਂ ਜ਼ਿਆਦਾ ਫੀਸ ਨਹੀਂ ਲਈ ਜਾ ਸਕਦੀ ਬਟ ਅਨਫੋਰਚਨਟਲੀ ਤੁਸੀਂ ਸਾਹਮਣੇ ਦੇਖਿਆ ਕਿ ਜੋ ਕੁਝ ਹੋਇਆ ਸੋ ਦੋਨਾਂ এডਿਊਕੇਸ਼ਨ ਤੇ ਹੈਲਥ케ਅਰ ਦੇ ਉੱਤੇ ਕੋਈ ਕੰਟਰੋਲ ਨਹੀਂ ਪੰਜਾਬ ਸਰਕਾਰ ਦਾ ਜਿੰਨਾ ਜਿਹਦਾ ਦਿਲ ਕਰਦਾ ਉਹਨਾ ਉਹ ਆਪਣੇ ਚਾਰਜ ਕਰ ਰਿਹਾ ਵਾ ਤੇ ਅਲਟੀਮੇਟਲੀ ਉਹਦਾ ਖਮਿਆਜ਼ਾ ਜਿਹੜਾ ਹੈ ਉਹ ਆਮ ਜਨਤਾ ਤੇ ਆਮ ਲੋਕ ਤੇ ਗਰੀਬ ਤਬਕਾ ਤੇ ਮਿਡਲ ਕਲਾਸ ਤੇ ਸੈਲਰੀਡ ਕਲਾਸ ਇਹਨਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਉਮੀਦ ਕਰਦਾ ਕਿ ਤੁਹਾਨੂੰ ਮੇਰੇ ਇਹ ਸਾਰੇ ਜਿਹੜੀਆਂ ਵਿਊਜ਼ ਨੇ ਆ ਦਲੀਲਾਂ ਪੇਸ਼ ਕੀਤੀਆਂ ਠੀਕ ਲੱਗਣ ਗਿਆ ਕਮੈਂਟ ਕਰੋ ਜ਼ਰੂਰ ਮੈਨੂੰ ਕੋਈ ਇਤਰਾਜ਼ ਨਹੀਂਗਾ ਬਹੁਤ ਮਾੜੀ ਭਾਸ਼ਾ ਲਿਖਦੇ ਹੋ ਤਾਂ ਤੁਹਾਡੀਆਂ ਧੀਆਂ ਪੈਣੇ ਪੜਦੀਆਂ ਆਪਣੀਆਂ ਕਿਹਾ ਮੇਰੇ ਭਰਾ ਨੇ ਆ ਮੇਰੇ ਘਰ ਵਾਲੇ ਲਿਖਿਆ ਗਾਲ ਲਿਖਦਾ ਇਹਦਾ ਮਤਲਬ ਕਮੀਨਾ ਇਹ ਆ ਆਦਮੀ ਸੋ ਉਹਨੂੰ ਅਵੋਇਡ ਕਰੋ ਮੇਕ ਗੁੱਡ ਕਮੈਂਟਸ ਅਗਰ ਤੁਸੀਂ ਬਹਿਸ ਵਿੱਚ ਵੀ ਇਨਡਲਜ ਕਰਨਾ ਚਾਹੁੰਦੇ ਹੋ ਸ਼ਬਦ ਹਮੇਸ਼ਾ ਅੱਛੇ ਚੁਣਨੇ ਚਾਹੀਦੇ ਆ ਔਰ ਇਸ ਨੂੰ ਅਗਰ ਠੀਕ ਸਮਝਦੇ ਤਾਂ ਬਤੋ ਬਤ ਸ਼ੇਅਰ ਕਰਨਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ